ਅੱਜ ਆਪਾਂ ਸ਼ੁਬਰ ਸੋਈ ਦੇ ਵਿੱਚ ਹੋਲੀ ਸਪੈਸ਼ਲ ਠੰਡਾਈ ਮਸਾਲਾ ਬਣਾ ਰਿਹਾ ਹਾਂ ਜੋ ਕਿ ਨਟਸ ਦੇ ਨਾਲ ਭਰਪੂਰ ਹੈ ਤੇ ਵਿੱਚ ਸਪਾਈਸ ਵੀ ਕਾਫੀ ਨੇ ਤੇ ਇਹਨਾਂ ਨੂੰ ਬਣਾਉਣਾ ਬਹੁਤ ਹੀ ਈਜ਼ੀ ਹੈ ਇਹਦੇ ਲਈ ਆਪਾਂ ਇੱਕ ਲੈ ਲਿਆ ਪੈਨ ਪੈਨ ਨੂੰ ਜਸਟ ਗਰਮ ਹੀ ਕਰਨਾ ਹੈ ਉਸ ਤੋਂ ਬਾਅਦ ਆਪਾਂ ਇਹਦੀ ਫਲੇਮ ਬੰਦ ਕਰ ਦੇਣੀ ਹੈ ਹੁਣ ਇਹਦੇ ਵਿੱਚ ਬਦਾਮ ਦੀਆਂ ਗਿਰੀਆਂ ਕਾਜੂ ਮਗਜ ਵਿੱਚ ਪਾ ਲੈਨੇ ਉਹਨਾਂ ਨੂੰ ਹਲਕਾ ਹਲਕਾ ਜਆ ਤਾਂ ਕਿ ਸੇਕ ਲੱਗੇ ਇਹਦੇ ਵਿੱਚ ਪਾ ਲਿਆ ਆਪਾਂ ਪਿਸਤਾ ਤੇ ਇਹਨਾਂ ਨੂੰ ਜਿਆਦਾ ਆਪਾਂ ਨਹੀਂ ਰੋਸਟ ਕਰਨਾ ਹੀ ਨਹੀਂ ਹੈਗਾ ਜੇ ਤੁਸੀਂ ਚਾਹਦੇ ਹੋ ਤੇ ਧੁੱਪ 'ਚ ਵੀ ਇਹਨੂੰ 2 ਘੰਟੇ ਲਈ ਰੱਖ ਸਕਦੇ ਹੋ ਤੇ ਸੌਂਫ ਬਿਲਕੁਲ ਸਕਿੱਪ ਨਹੀਂ ਕਰਨੀ ਇਹਦਾ ਮੇਨ ਇੰਗਰੀਡੀਅੰਟਸ ਹੈ ਸੌਂਫ ਵੀ ਇਹਦੇ ਵਿੱਚ ਪਾਵਾਂਗੇ ਆਪਾਂ ਤੇ ਹੁਣ ਕਾਲੀਆਂ ਮਿਰਚ ਪਾਵਾਂਗੇ ਗੁਲਾਬ ਦੀਆਂ ਪੱਤੀਆਂ ਨੂੰ ਸੁਕਾ ਕੇ ਉਹ ਪਾ ਲਿਆ ਤੇ ਇਹਦੇ ਚ ਔਨ ਖਸਖਸ ਪਾਵਾਂਗੇ ਆਪਾਂ ਤੇ ਹੁਣ ਇਹਨੂੰ ਇਲਾਚੀਆਂ ਪਾਲੀਆਂ ਚਾਰ ਜੇ ਤੁਸੀਂ ਚਾਹਦੇ ਹੋ ਤੇ ਇਹਨੂੰ ਛਿਲਕੇ ਉਤਾਰ ਕੇ ਵੀ ਪਾ ਸਕਦੇ ਹੋ ਤੇ ਬਸ ਜਰਾ ਕੋਈ ਆਪਣਾ ਨੂੰ ਸਾਰਿਆਂ ਨੂੰ ਸੇਕ ਲੱਗ ਗਿਆ ਚਾਰੋਂ ਔਰ ਹਲਕਾ ਹਲਕਾ ਜਾ ਤੇ ਜੇ ਤੁਸੀਂ ਇਹਨੂੰ ਚਾਹਦੇ ਹੋ ਤਾਂ ਤੁਸੀਂ ਧੁੱਪੇ ਵੀ ਇਹਨੂੰ ਰੱਖ ਸਕਦੇ ਹੋ ਤਾਂ ਕਿ ਇਹਦਾ ਆਇਲ ਜਿਹੜਾ ਉਹ ਹਲਕਾ ਜਿਹਾ ਐਕਟਿਵ ਹੋ ਜਾਏ ਕਈ ਵਾਰੀ ਆਪਣੇ ਕੋਲ ਡਰਾਈ ਫਰੂਟ ਪਏ ਹੁੰਦੇ ਨੇ ਤੇ ਉਹ ਨਮ ਜਿਹੇ ਹੋ ਜਾਂਦੇ ਨੇ ਇਸ ਕਰਕੇ ਜਸਟ ਜਰਾ ਕੋਈ ਕਰਨਾ ਆਪਾਂ ਇਹਨੂੰ ਸੇਕ ਲਵਾਣਾ ਹੈ ਹੁਣ ਆਪਾਂ ਇਹਦੇ ਚ ਪਾ ਲਈ ਮਿਸ਼ਰੀ ਤੁਸੀਂ ਚਾਹਦੇ ਹੋ ਤੇ ਇਥੇ ਚੀਨੀ ਵੀ ਪਾ ਸਕਦੇ ਹੋ ਤੋ ਹੁਣ ਆਪੇ ਇਹਨਾਂ ਨੂੰ ਗ੍ਰਾਇੰਡ ਕਰਾਂਗੇ ਗ੍ਰਾਇੰਡਰ ਜਾਰ ਚ ਪਾ ਕੇ ਤੇ ਇਹਨਾਂ ਨੂੰ ਆਪਾਂ ਜਦੋਂ ਗ੍ਰਾਇੰਡ ਕਰਾਂਗੇ ਉਦੋਂ ਪਲਸ ਤੇ ਕਰਾਂਗੇ ਇਕਦਮ ਫਾਸਟ ਨਹੀਂ ਕਰਾਂਗੇ ਕਿਉਂਕਿ ਸਾਰੇ ਡ్రਾਈ ਫਰੂਟ ਨੇ ਕਿਤੇ ਇਹਨਾਂ ਦਾ ਆਇਲ ਨਿਕਲ ਗਿਆ ਤੇ ਇਹਨਾਂ ਦਾ ਪਾਊਡਰ ਨਹੀਂ ਬਣੇਗਾ ਤੇ ਇਸ ਕਰਕੇ ਆਪਾਂ ਹਲਕਾ ਹਲਕਾ ਪਲਸ ਤੇ ਇਹਨੂੰ ਪਾਊਡਰ ਬਣਾ ਲਾਂਗੇ ਇਸ ਤਰੀਕੇ ਨਾਲ ਬਣ ਗਿਆ ਪਾਊਡਰ ਹੁਣ ਇਹ ਦਰਦਰਾ ਜਿਹਾ ਹੋ ਗਿਆ ਜੇ ਤੁਸੀਂ ਚਾਹਦੇ ਹੋ ਤਾਂ ਥੋੜਾ ਜਿਹਾ ਹੋਰ ਪੀਸ ਲਓ ਮੈਂ ਥੋੜਾ ਜਿਹਾ ਹੋਰੇ ਨੂੰ ਪੀਸਾਂਗੀ ਤੇ ਜੇ ਤੁਸੀਂ ਇਦਾਂ ਦਾ ਹੀ ਰੱਖਣਾ ਚਾਹੁੰਦੇ ਹੋ ਤਾਂ ਇਦਾਂ ਵੀ ਰੱਖ ਸਕਦੇ ਹੋ ਦੇਖੋ ਹੁਣ ਆਪਣਾ ਪਰਫੈਕਟ ਪਾਊਡਰ ਜਿਹੜਾ ਹੈ ਉਹ ਰੈਡੀ ਹੋ ਗਿਆ ਤੋ ਹੁਣ ਆਪਾਂ ਇਹਨੂੰ ਕਢ ਲਾਂਗੇ ਇਹਦੇ ਵਿੱਚ ਤੁਸੀਂ ਬਹੁਤ ਸਾਰੀਆਂ ਡਿਸ਼ੇਸ ਬਣਾ ਸਕਦੇ ਹੋ ਜਿਵੇਂ ਠੰਡਾਈ ਕੁਲਫੀ ਬਣਾ ਸਕਦੇ ਹੋ ਠੰਡਾਈ ਖੀਰ ਬਣਾ ਸਕਦੇ ਹੋ ਇਹਨੂੰ ਜਦੋਂ ਆਪਾਂ ਪਾਊਡਰ ਬਣਾ ਲਈਏ ਬਣਾ ਕੇ ਆਪਾਂ 1.5 ਤੋਂ 2 ਮਹੀਨੇ ਤੱਕ ਫ੍ਰੀਜਰ 'ਚ ਸਟੋਰ ਕਰ ਸਕਦੇ ਆ ਹੁਣ ਇਹਦੇ ਵਿੱਚ ਸਿਨਮਨ ਪਾਊਡਰ ਪਾ ਲਿਆ ਇੱਕ ਜੈਫਲ ਨੂੰ ਜੈਫਲ ਨੂੰ ਇਹਨੂੰ ਥੋੜਾ ਜਿਹਾ ਕद्दूकश ਕਰਕੇ 1/4 ਟਸਪੂਨ ਉਹ ਵੀ ਪਾ ਲਿਆ ਕਿਉਂਕਿ ਇਹ ਵੀ ਹੈਲਥ ਵਾਸਤੇ ਅੱਛੇ ਹੁੰਦੇ ਆ ਹੁਣ ਥੋੜਾ ਜਿਹਾ ਇਹਦੇ ਵਿੱਚ ਇਸ ਤੋਂ ਬਾਅਦ ਕੇਸਰ ਪਾਵਾਂਗੇ ਕੇਸਰ ਤੁਸੀਂ ਆਪਣੀ ਇੱਛਾ ਅਨੁਸਾਰ ਪਾ ਸਕਦੇ ਹੋ ਤੇ ਇਹਨਾਂ ਨੂੰ ਅੱਛੇ ਤਰੀਕੇ ਨਾਲ ਮਿਕਸ ਕਰ ਲਾਂਗੇ ਮਿਕਸ ਕਰਕੇ ਇਹਨੂੰ ਆਪਾਂ ਏਅਰਟਾਈਟ ਡੱਬੇ 'ਚ ਭਰ ਕੇ ਰੱਖ ਦਿਆਂਗੇ ਸੋ ਦੇਖੋ ਕਿੰਨਾ ਵਧੀਆ ਹੈਲਦੀ ਮਸਾਲਾ ਤਿਆਰ ਹੋਇਆ ਹੈ ਪਾਊਡਰ ਤਿਆਰ ਹੈ ਆਪਣੇ ਕੋਲ ਤੇ ਠੰਡਾਈ ਆਪਾਂ ਜਿਹੜਾ ਮਰਜ਼ੀ ਫਲੇਵਰ ਬਣਾ ਸਕਦੇ ਹਾਂ ਅੱਜ ਆਪਾਂ ਬਣਾਵਾਂਗੇ ਕੇਸਰ ਪਿਸਤਾ ਤੁਸੀਂ ਇਹਦੇ 'ਚ ਇਦਾਂ ਹੀ ਰੋਜ਼ ਵੀ ਪਾ ਕੇ ਬਣਾ ਸਕਦੇ ਹੋ ਪਾਣ ਵਾਲਾ ਵੀ ਫਲੇਵਰ ਹੀ ਬਣਾ ਸਕਦੇ ਹੋ ਬੇਸਿਕ ਮਸਾਲਾ ਜਿਹੜਾ ਹੈ ਉਹ ਆਪਣਾ ਇਹੀ ਰਹੇਗਾ ਉਸ ਤੋਂ ਬਾਅਦ ਜਿਹੜੇ ਨੇ ਇਨਗਰੀਡੀਅੰਟਸ ਉਹ ਜਿਹੜਾ ਫਲੇਵਰ ਤੁਸੀਂ ਬਣਾਉਣਾ ਚਾਹੁੰਦੇ ਹੋ ਉਹ ਤੁਸੀਂ ਪਾ ਸਕਦੇ ਹੋ ਦੇਖਿਓ ਕਿੰਨਾ ਵਧੀਆ ਹੈਲਦੀ ਹੈ ਤੁਸੀਂ ਇਹਨੂੰ ਠੰਡੇ ਦੁੱਧ ਚ ਨਹੀਂ ਗਰਮ ਦੁੱਧ ਚ ਵੀ ਪਾ ਕੇ ਤੁਸੀਂ ਇਹਨੂੰ ਪੀ ਸਕਦੇ ਹੋ ਦੇਖਿਓ ਕਿੰਨਾ ਵਧੀਆ ਰਿਫਰੈਸ਼ਿੰਗ ਹੈ ਪੂਰਾ ਇਹ ਦੇ ਆਪਣਾ ਤੇ ਹੁਣ ਆਪਾਂ ਇਹਦੀ ਬਣਾ ਲਾਂਗੇ ਠੰਡਾਈ ਉਹਦੇ ਵਾਸਤੇ ਇੱਕ ਆਪਾਂ ਬੌਲ ਲੈ ਲਏ ਇਹਦੇ ਚ 2 ਟੇਬਲस्पून ਪਾ ਲਿਆ ਮਸਾਲਾ ਠੰਡਾਈ ਮਸਾਲਾ ਤੋਂ ਇਹਦੇ ਵਿੱਚ ਦੁੱਧ ਪਾ ਲਾਂਗੇ ਦੁੱਧ ਪਾ ਕੇ ਇਹਨ ਚੀਨੀ ਪਾ ਕੇ ਇਹਨੂੰ ਕਮ ਸੇ ਕਮ ਅੱਧੇ ਘੰਟੇ ਤੋਂ ਲੈ ਕੇ 4-5 ਘੰਟਿਆਂ ਤੱਕ ਤੁਸੀਂ ਰੱਖ ਸਕਦੇ ਹੋ ਤਾਂ ਕਿ ਅچھے ਤਰੀਕੇ ਨਾਲ ਇਹ ਸੋਕ ਹੋ ਜਾਏ ਦਾ ਸਾਰਾ ਫਲੇਵਰ ਇਹਦੇ ਵਿੱਚ ਆ ਜਾਏ ਸੌਫਟ ਹੋ ਜਾਏ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਮੈਂ ਫਿਲਹਾਲ ਅੱਧੇ ਘੰਟੇ ਵਾਸਤੇ ਰੱਖ ਨਹੀਂ ਆ ਇਦਾਂ ਮਿਕਸ ਕਰਕੇ ਚੀਨੀ ਤੁਸੀਂ ਆਪਣੀ ਮਰਜ਼ੀ ਮੁਤਾਬਕ ਪਾ ਸਕਦੇ ਹੋ ਹੁਣ ਅੱਧਾ ਘੰਟਾ ਹੋ ਗਿਆ ਹੁਣ ਮੈਂ ਇਹਦੇ ਵਿੱਚ ਬਰਫ਼ ਨਹੀਂ ਪਾਵਾਂਗੀ ਦੁੱਧ ਨੂੰ ਹੀ ਜਮਾ ਲਿਆ ਸੀ ਇਸ ਤਰੀਕੇ ਨਾਲ ਤੇ ਦੁੱਧ ਜੰਮਿਆ ਹੋਇਆ ਇਨੂੰ ਹੀ ਪਾ ਕੇ ਇਹਨੂੰ ਅੱਛੇ ਤਰੀਕੇ ਨਾਲ ਇਹਨੂੰ ਗ੍ਰाइंड ਕਰ ਲਾਂਗੇ ਵਿੱਚ ਤੁਸੀਂ ਕਲਰ ਵੀ ਪਾ ਸਕਦੇ ਹੋ ਤੇ ਮੈਂ ਇੱਥੇ ਕਲਰ ਤੇ ਕੇਸਰ ਦੋਨੋਂ ਯੂਜ਼ ਕਰ ਰਹੀ ਹਾਂ ਇਹਦੇ ਨਾਲ ਕਲਰ ਅੱਛਾ ਆ ਜਾਏਗਾ ਦੇਖੇ ਕਿੰਨਾ ਵਧੀਆ ਕਲਰ ਲੱਗ ਰਿਹਾ ਤੇ ਇਹਦੇ ਵਿੱਚ ਤੁਸੀਂ ਆਈਸ ਦੇ ਨਾਲੋਂ ਜੇ ਤੁਸੀਂ ਦੁੱਧ 'ਚ ਮਾ ਕੇ ਹੀ ਪਾਓਗੇ ਤੇ ਬਹੁਤ ਵਧੀਆ ਰਹੇਗਾ ਉਹਦੀ ਥਿੱਕਨੈਸ ਪੂਰੀ ਬਰਕਰਾਰ ਰਹੇਗੀ ਤੇ ਇਸ ਤਰੀਕੇ ਨਾਲ ਆਪਣੀ ਠੰਡਾਈ ਰੈਡੀ ਹੈ ਤੇ ਜੇ ਇੱਥੇ ਤੁਸੀਂ ਰੋਜ਼ ਵਾਲਾ ਪਾਨਾ ਪਾਣਾ ਹੈ ਤੇ ਇਸੇ ਟਾਈਮ ਤੇ ਤੁਸੀਂ ਰੋਜ਼ ਫਲੇਵਰ ਪਾ ਸਕਦੇ ਜਿਹੜਾ ਮੈਂ ਪਿਸਤਾ ਫਲੇਵਰ ਪਾਇਆ ਹੈ ਪਾਨ ਵਾਲਾ ਬਣਾਉਣਾ ਚਾਹੁੰਦੇ ਹੋ ਤੇ ਇੱਥੇ ਪਾਨ ਵਾਲਾ ਫਲੇਵਰ ਤੁਸੀਂ ਵਿੱਚ ਪਾ ਸਕਦੇ ਹੋ ਤੇ ਆਪਣਾ ਰੈਡੀ ਹੈ ਦੇਖੇ ਕਿੰਨਾ ਵਧੀਆ ਲੱਗ ਰਿਹਾ ਤੇ ਇੰਨੀ ਠੰਡੀ ਠੰਡਾਈ ਹੈ ਨਾ ਇਹਦੇ ਪੂਰਾ ਇੱਕ ਇੱਕ ਫਲੇਵਰ ਇਹਦਾ ਆਏਗਾ ਮੂੰਹ ਦੇ ਵਿੱਚ ਜਿਹੜੇ ਜਿਹੜੇ ਆਪਾਂ ਇਹਦੇ ਵਿੱਚ ਮਸਾਲੇ ਪਾਏ ਨੇ ਡਰਾਈ ਫਰੂਟ ਪਾਏ ਨੇ ਬਹੁਤ ਹੀ ਜ਼ਿਆਦਾ ਹੈਲਦੀ ਏ ਰਿਫਰੈਸ਼ਿੰਗ ਏ ਤੇ ਇਹਨੂੰ ਜ਼ਰੂਰ ਬਣਾਓ ਤੇ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਇਹ ਤੁਹਾਨੂੰ ਰੈਸਪੀ ਕਿੱਦਾਂ ਦੀ ਲੱਗੀ ਤੇ ਤੁਸੀਂ ਕਿੱਦਾਂ ਠੰਡਾਈ ਬਣਾਉਂਦੇ ਹੋ